थोड़े काम तो हो गया। हाँ मैं करकोट चाय बना ला। हाँ बना लेने मम्मी को। हाँ बना ला थोड़ी जी चाय, नाले रोटी थल्ले हो जू। हाँ जी मैं बनाऊंगी। चल बना लिया, बहनी है। चल मम्मी चाह पी, आ जा बह जा, तू भी नाल ही पी ले। मम्मी जी चक लो चाह, ठंडी हो जानी है, फिर मलाई जी आ जाती है ना, फिर वो बढ़िया नहीं लगती। मैं तो पी के आई हां। तुसी पियो कोई ना। तेनू याद करी जांदी सी। ए हरप्रीत हुण तां करूआ आ गया ना। हांजी हांजी मिलना तां किन्नी तरीक दा, 1 तरीक दा। हांजी मिलना तां 1 तरीक दा ही आ। ਚਲ ਵਧੀਆ ਹੈ ਨਾ। ਹਾਂ ਜੀ ਕਰਵਾ ਗਿਆ, ਹੁਣ ਮੈਂ ਤੈਨੂੰ ਵਧੀਆ ਸੂਟ ਲੈ ਕੇ ਦਊਂ। ਹਾਂ ਜੀ ਨਾਲੇ ਵਧੀਆ ਸਮਾਨ ਹੈ, ਨਾਲੇ ਮਹਿੰਦੀ ਲਵਾਣੀ ਹੈ ਹੈ ਨਾ। ਠੀਕ ਹੈ। ਮੇਰੀ ਤਾਈ ਚਾਚੀ ਮੇਰੀ ਤਾਂ ਆਪ ਸੱਸ ਨੇ ਮੈਨੂੰ ਐਂ ਹੀ ਕਿਹਾ, ਵਧੀਆ ਭਾਈ ਕਹਿੰਦੀ ਜਿਹੜਾ ਮਰਜ਼ੀ ਸਮਾਨ ਲੈ ਲਈ ਤੂੰ ਜਾ ਕੇ। ਚਲ ਕੋਈ ਨਾ, ਮੈਂ ਤੇਰੀ ਮਾਂ ਕੋਲ ਜਾਇਆ। ਹਾਂ ਹਾਂ ਜਾਇਆ ਕੋਈ ਨਾ, ਦੋਨੇ ਇਹਨੂੰ ਮਾਰੋ ਗੱਤੀ ਤੇ ਮੈਰਾ। ਠੀਕ ਹੈ ਠੀਕ ਆ ਜਾ। ਚਾਚੀ ਤਾਂ ਗਈ। ਹਾਂ ਮੰਮੀ ਤਾਂ ਮੈਨੂੰ ਕਹਿੰਦੇ ਸੀ ਤੈਨੂੰ ਲਾਲ ਰੰਗ ਦਾ ਸੂਟ ਲੈ ਕੇ ਦਊਂਗੀ ਕਰਵਾ ਚੌਥ ਤੇ, ਸਾਰਿਆਂ ਨੇ ਸੋਹਣਾ ਸੂਟ ਲੈ ਕੇ ਦਊਂ। ਲੈ ਮੇਰੀ ਸੱਸ ਦੀ ਸੁਣ ਤੂੰ। ਅੱਛਾ ਕੀ ਕਹਿੰਦੇ? ਮੈਨੂੰ ਕਹਿੰਦੀ ਜਿਹੜੇ ਅੱਜ ਦੇ ਜ਼ਮਾਨੇ ਦਾ ਨਹੀਂ ਹੁੰਦਾ ਛਲਾਰਾ ਸੂਟ ਉਹ ਲੈਣਾ ਮੈਂ, ਫਿਰ ਮੈਂ ਐ ਐ ਕਰਕੇ ਪਾ ਕੇ ਜਾਊਂ। ਛਲਾਰਾ ਕਿਹੜਾ ਹੁੰਦਾ, ਸ਼ਰਾਰਾ ਹੁੰਦਾ ਵਾ। ਓਹੀ ਤੈਨੂੰ ਪਤਾ ਹੀ ਨਹੀਂ। ਮੈਂ ਤਾਂ ਫਿਰ ਹਾਏ ਮੇਰਾ ਸ਼ਰਾਰਾ ਸੂਟ ਨਹੀਂ, ਮੈਂ ਤਾਂ ਬੜੀ ਸੋਹਣੀ ਲੱਗੂ। ਚੱਲ ਵਧੀਆ ਦੀਦੀ, ਸਰਾਰਾ ਸੂਟ ਸੋਹਣਾ ਲੱਗੂ ਨਾਲ ਤੁਹਾਡੇ ਪਾਇਆ ਤਾਂ। ਹਾਂ ਮੇਰੇ ਤਾਂ ਸੋਹਣੀ ਬਹੁਤ ਆ, ਮੇਰੇ ਤਾਂ ਸੋਹਣਾ ਲੱਗਦਾ ਸਾਰਾ ਕੁਝ। ਮੈਨੂੰ ਤਾਂ ਮੰਮੀ ਦਾ ਫੋਨ ਆਇਆ ਸੀ ਪਿੰਡੋਂ, ਤੂੰ ਆਪਦੀ ਸ਼ੈਡ। ਮੇਰੀ ਮੰਮੀ ਦਾ ਆਇਆ ਸੀ ਫੋਨ ਮੈਨੂੰ। ਕੀ ਕਹਿੰਦੇ? ਮੈਨੂੰ ਕਹਿੰਦੇ ਕਰੂਆ ਆਉਂਦਾ। ਹਾਂ ਮੈਨੂੰ ਕਹਿੰਦੇ ਮੈਂ ਤੈਨੂੰ 10,000 ਰੁਪਇਆ ਭੇਜ ਦਿੰਦੀ। 10,000? ਹੋਰ ਕੀ ਕਹਿੰਦੀ? ਨਾਲੇ ਲਈ ਸੂਟ ਵਧੀਆ, ਨਾਲੇ ਲਈ ਪਿਕਅਪ ਦਾ ਸਮਾਨ। ਓਹੋ ਜਿਹੜਾ ਮੂੰਹ ਤੇ ਲਾਉਂਦੇ ਆ ਨਹੀਂ, ਮੇਕਅਪ ਹੁੰਦਾ, ਪੇਕਅਪ ਕਾਸ ਨੂੰ ਹੁੰਦਾ ਓਹੀ। ਨਾਲੇ ਕਹਿੰਦੀ ਲਈ ਘੁੰਗਰੂਆਂ ਵਾਲੀ ਜੁੱਤੀ। ਅੱਛਾ ਮੈਂ ਤਾਂ ਪਾ ਕੇ ਛਲਾਰਾ ਸੂਟ ਨਾਲੇ ਘੁੰਗਰੂਆਂ ਵਾਲੀ ਜੁੱਤੀ। ਛਣ ਛਣ ਛਣ। ਅੱਛਾ ਹੋਰ ਕੀ? ਅੱਛਾ ਇਹ ਆਪਾਂ ਐਂ ਕਰਾਂਗੇ, ਆਪਾਂ ਦੋਨੇ ਇਕੱਠੀਆਂ ਚੱਲਾਂਗੇ। ਕੋਈ ਨਾ ਦੋਨੇ ਚੱਲ ਵੜਾਂਗੇ ਆਪਾਂ। ਨਾਲੇ ਆਪਾਂ ਪੈਕਅਪ ਦਾ ਸਮਾਨ ਲੈ ਲਾਂਗੇ। ਮੇਕਅਪ ਓਹੀ ਤੈਨੂੰ ਅੰਗਰੇਜ਼ੀ ਬੋਲਦੀ ਕਾਹਤੋਂ ਜੇ ਤੇਰੇ ਅੜ ਜਾਂਦੀ ਆ ਤਾਂ। ਉਹ ਕੋਈ ਨਾ, ਮੈਂ ਤਾਂ ਨਾਲੇ ਆਪਾਂ ਪੈਕਅਪ ਦਾ ਸਮਾਨ ਲਵਾਂਗੇ ਤੇ। ਨਹੀਂ ਤੂੰ ਖੜ 1 ਮਿੰਟ, ਮੈਂ ਤੇਰੇ ਕੋਲੇ ਆਉਂਦੀ ਆ। ਹਾਂ ਦੱਸ ਨੀ ਮੇਰੀ ਗੱਲ ਸੁਣ। ਹਾਂ ਹਾਂ ਤੈਨੂੰ ਪਤਾ ਮੈਂ ਤਾਂ ਮਾੜੀ ਚੀਜ਼ ਪਾਉਂਦੀ ਨਹੀਂ। ਹਾਂ ਉਹ ਤਾਂ ਮੈਨੂੰ ਤੇਰਾ ਪਤਾ, ਤੂੰ ਤਾਂ ਕੱਪੜਾ ਲੀੜਾ ਵਧੀਆ ਪਾਉਂਦੀ। ਮੈਂ ਤਾਂ ਪੂਰੇ ਪੋਟਡ ਚੀਜ਼ਾਂ ਪਾਉਂਦੀ ਆ। ਇਹ ਪੋਟਡ ਕਿਹੜੀਆਂ ਹੁੰਦੀਆਂ ਵਾ? ਤੈਨੂੰ ਪਤਾ ਹੀ ਨਹੀਂ ਪੋਟਡ ਕੀ ਹੁੰਦਾ? ਪੋਟਡ ਕਾਹਨੂੰ ਹੁੰਦਾ, ਇੰਪੋਰਟਡ ਹੁੰਦੀਆਂ ਨੇ। ਗੱਲ ਤਾਂ ਇੱਕੋ ਹੀ ਆ। ਚਲ ਆਹ ਤੇਰੀ ਮਨ ਦੇ ਲੈ, ਆਪਾਂ ਭਾਈਆਂ ਤੋਂ ਲਵਾ ਕੇ ਆਵਾਂਗੇ ਮਹਿੰਦੀ। ਹਾਂ ਹਾਂ ਮਹਿੰਦੀ ਤਾਂ ਲਵਾਉਣੀ ਆ, ਸ਼ਗਨ ਹੁੰਦਾ। ਇੰਨੀ ਨਹੀਂ ਲਾ ਲਾਂਗੇ ਨਾ, ਤੇਰਾ ਕਿਆ ਤੇਰਾ ਇੰਨੀ ਨਹੀਂ ਲਾਉਣ ਨੂੰ। ਹਾਂ ਘੱਟ ਲਵਾ ਲਈ ਭਰਾ ਕੋਈ ਨਾ। ਚਲ ਫਿਰ ਇੰਨੀ ਨਹੀਂ ਲਾ ਲਾਂਗੇ। ਇੰਨੀ ਨਹੀਂ ਲਵਾਵਾਂਗੇ। ਹਾਂ ਤੇ ਨਾਲੇ ਆਪਾਂ ਨਾ KFC ਚੋਂ ਗੋਲ ਗੱਪੇ ਖਾ ਕੇ ਆਵਾਂਗੇ। KFC ਚੋਂ ਗੋਲ ਗੱਪੇ? KFC ਚ ਤਾਂ ਚਿਕਨ ਨਹੀਂ ਮਿਲਦਾ ਹੁੰਦਾ? ਉਹ ਨਹੀਂ, ਗੋਲ ਗੱਪੇ ਮਿਲਦੇ, ਬੜੇ ਸਵਾਦ ਆ। ਤੈਨੂੰ ਕਿਹਨੇ ਕਹਿਤਾ KFC ਚ ਗੋਲ ਗੱਪੇ ਮਿਲਦੇ ਆ? ਮੈਂ ਖਾਦੇ ਆ। ਤੂੰ ਕਿੱਥੇ ਖਾਏ? KFC ਚੋਂ। ਆਪਣੇ ਅੱਡੇ ਤੇ। ਆਪਣੇ ਅੱਡੇ ਤੇ ਕੱਕਾ ਫਰੂਟ ਚਾਟ? ਅੱਛਾ ਜਾ ਨਹੀਂ ਪਰੇ, ਮੈਂ ਕੁਛ ਹੋਰ ਹੀ ਸਮਝ ਗਈ ਸੀ। ਤੈਨੂੰ ਨਹੀਂ ਮੇਰੀ ਸਮਝ ਆਉਂਦੀ, ਮੈਂ ਤਾਂ ਬਿਲਕੁਲ। ਮੈਨੂੰ ਵੀ ਖਵਾ ਕੇ ਲੈ ਕੇ ਆਈ ਫਿਰ ਉੱਥੋਂ।
हाँ नहीं वो तो बड़े स्वाद गोलगप्पे बनाता, नहीं सूजी वाले तो भरते ही जाते अंदर। अच्छा नहीं जानी बहुत टाइम हो गया, मैं तो जानी मेरी तो सस गाला कड्डू और मैं भी काम करा और मैं तो भेज दी तेरी सस नु। चल दी मैं तो चंगा भेण, बहुत टाइम हो गया। हाँ चलांगे फिर आप। चंगा हाँ हाँ तेन केएफसी च गोलगप्पे खवा के लिया। चंगा चंगा ठीक है। अंग्रेजी मार दी पंजाबी।